ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਮੇਰੇ ਵੱਲੋਂ ਮੇਰੇ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਅਸਲਾਮੁ ਅਲੈਕੁਮ। ਮੇਰੀ ਦੁਆ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਤੁਹਾਡੇ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰੇ, ਸਦਾ ਹੱਸੇ ਰਹੋ ਅਤੇ ਮੁਸਕਰਾਉਂਦੇ ਰਹੋ। ਇਸ ਦੁਆ ਦੇ ਨਾਲ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ। ਅੱਛਾ ਜੀ, ਕਾਫੀ ਸ਼ਾਮ, ਵਾਹ ਵਾਹ ਸ਼ਾਮ ਹੋ ਗਈ ਆ ਅਤੇ ਅਸੀਂ ਆਪਣਾ ਕੰਮ ਜਿਹੜਾ ਨਾ ਸਾਰਾ ਖਤਮ ਕਰਿਆ ਵਾ, ਭਰੀਆਂ ਸਾਰੀਆਂ ਬਾਲੀਆਂ ਵਾ ਅਤੇ ਆ ਕੇ ਨਹਾਤਾ ਵਾ ਅਤੇ ਫਰੈਸ਼ ਹੋਈਆਂ ਅਤੇ ਹੁਣ ਬਣਾਉਣ ਲੱਗੀ ਹਾਂ ਜੀ ਸ਼ਾਮ ਦਾ ਖਾਣਾ ਅਤੇ ਸਬਜ਼ੀ ਬਣਾਉਣ ਲੱਗੀ ਹਾਂ। ਅੱਛਾ, ਮੌਸਮ ਵੀ ਕਾਫੀ ਜ਼ਿਆਦਾ ਖਰਾਬ ਹੋ ਗਿਆ, ਬੱਦਲ ਬਣ ਗਏ ਆ। ਸਾਰੀ ਮਿੱਟੀ ਲਾਈ ਮੂੰਹ ਧੋ, ਫਿਰ ਮੈਂ ਨਾਲ ਲੱਗ ਜਾਣੀ, ਮੈਂ ਕੋਈ ਨਹੀਂ ਲੱਗ ਜਾਣਾ ਤੇ ਤੁਸੀਂ ਘਰ ਹੀ ਧੋ ਲਓ ਬੇਟਾ। ਅੱਛਾ ਜੀ, ਇਹ ਲਸਣ ਆ ਅਤੇ ਲਸਣ ਛਿਲਣ ਲੱਗੀ ਹੈ ਅਤੇ ਜੀਰੇ ਲੈ ਕੇ ਆਏ ਸੀ, ਆਲੂ ਖਤਮ ਹੋਏ ਹੋਏ ਸੀ, ਆਲੂ ਲਿਆਏ ਆ। ਮੇਰਾ ਬੇਟੀ ਨੇ ਇੱਕ ਸੈਂਡਲ, ਇਹਦੇ ਤਾਂ ਸੈਂਡਲ ਨਹੀਂ ਸੰਭਾਲਦੇ ਸਾਰਾ ਦਿਨ। ਟਮਾਟਰ ਮਿਰਚਾਂ ਔਰ ਪਿਆਜ਼, ਟਮਾਟਰ ਮਿਰਚਾਂ ਔਰ ਖੀਰੇ, ਜੋ ਮੋਈ ਖੀਰਾ ਧੋ ਕੇ ਲੈ ਕੇ ਆਓ ਭੈਣ ਨੂੰ ਦੋ। ਤੇ ਖੀਰਾ ਧੋ ਲਿਆ ਬੇਟਾ? ਆ ਕਹਿੰਦਾ ਕਿਹੜੀ ਬੇਲ ਨੂੰ ਲੱਗਿਆ? ਆ ਦੱਸੋ ਇਹਨੂੰ ਕਿਹੜੀ ਬੇਲ ਨੂੰ ਲੱਗਿਆ ਸੀ? ਨਹੀਂ ਬੇਟਾ, ਮੈਂ ਅਸੀਂ ਨਹੀਂ ਖੀਰੇ ਲਾਏ ਅਤੇ ਮੈਂ ਜੀ ਹੁਣ ਲਸਣ ਪਹਿਲੇ ਛਿੱਲ ਲਵਾਂ ਅਤੇ ਜਵੇਦ ਲੈ ਕੇ ਅਸੀਂ ਗੋਸ਼ਤ ਅਤੇ ਅੱਜ ਅਸੀਂ ਨਾ ਗੋਸ਼ਤ ਬਣਾਉਣਾ ਵਾ ਅਤੇ ਤਾਂ ਕਿ ਸ਼ੋਰਬੇ ਵਾਲਾ ਉਹ ਵੀ, ਤਾਂ ਕਿ ਜਵੇਦ ਦੀ ਤਬੀਅਤ ਜੀ ਕਹਿੰਦੇ ਸ਼ੋਰਬੇ ਵਾਲਾ ਪਕਾ ਲਓ। ਮੈਂ ਨਹੀਂ, ਵੈਸੇ ਨਾ ਮੇਰਾ ਦਿਲ ਕਰਦਾ ਸ਼ੋਰਬੇ ਵਾਲਾ ਸਾਲਨ ਹੋਵੇ ਨਾ, ਬੁਰਕੀਆਂ ਭੇਕ ਖਾਣੀ। ਹਾਂਜੀ, ਚਲੋ ਮੇਰਾ ਦਿਲ ਵੀ ਹੋਵਾ ਮਗਰ ਲਾ ਕੇ ਨਾ ਕਰਨ ਲੱਗ ਪਿਆ, ਬੁਰਕੀਆਂ ਭੇਕ ਖਾਣੇ ਨਾ ਜੀ। ਇਹ ਬਾਤ ਆਪਣੇ ਫੁੱਫੋ ਹਮਾਰਾ ਤੇ ਚਲੀ ਗਈ ਹੈ। ਆ ਦੇ ਲਓ ਮੇਰੀ ਬੇਟੀ ਦੇ ਕੰਮ। ਲਸਣ ਖਾਂਦੀ? ਨਹੀਂ, ਲਸਣ ਖਾਂਦੀ ਨਹੀਂ ਜੀ। ਉਹਨੇ ਹੁਣ ਤੁਸੀਂ ਇੱਥੇ ਕਾਲੇ ਸਲਣਾ ਹੈ? ਹਾਂਜੀ, ਸ਼ਾਮ ਕਾਫੀ ਹੋਈ, ਮੈਂ ਹੁਣ ਇੱਥੇ ਹੀ ਖਾਣਾ। ਹਾਂਜੀ, ਤੇ ਪਾਣੀ ਖਤਮ, ਮੈਂ ਨਾਟਕ ਪਾਣੀ ਲਿਆਵਾਂ, ਠੀਕ ਹੋ ਗਿਆ? ਅੱਛਾ ਜੀ, ਹੀਰਾ ਨੂੰ ਲੱਗੀ ਹੋਈ ਹੈ ਭੁੱਖ, ਹੀਰਾ ਰੋ ਰਹੀ ਹੈ। ਅੱਛਾ ਜੀ, ਲਸਣ ਪਿਆਜ਼ ਟਮਾਟਰ ਮਿਰਚਾਂ ਸਾਰੀਆਂ ਚੀਜ਼ਾਂ ਨੂੰ ਕੁੱਕਰ ਪਾ ਲਈਆਂ ਤੇ ਕੁਛ ਨਾ ਮੈਂ ਕਿਹਾ ਸੀਟੀ ਲਵਾ ਲੈਂਦੀ ਹਾਂ ਤਾਂ ਕਿ ਲੇਟ ਕਾਫੀ ਹੋ ਗਈ ਹੈ ਨਾ। ਭਲਾ ਸੀਟੀ ਕਿੱਥੇ, ਮੈਨੂੰ ਤਾਂ ਇਹ ਵੀ ਨਹੀਂ ਯਾਦ। ਪਹਿਲਾਂ ਉਹ ਤਾਂ ਲੱਭ ਲਓ। ਅੱਛਾ, ਦੇਖ ਤੇ ਇੱਥੇ ਗੁੰਨ ਲਊਂਗੀ ਆਟਾ, ਇਹਦੇ ਚ ਪਤਾ ਨਹੀਂ ਕੀ ਆ, ਕੋਈ ਪਤਾ ਨਹੀਂ ਮੈਨੂੰ। ਚੁੱਲ੍ਹਾ ਵੀ ਸਾਫ਼ ਕਰਨ ਵਾਲਾ ਹੋਇਆ, ਚੁੱਲ੍ਹਾ ਸਾਫ਼ ਹੁਣ ਨਾ, ਬਸ ਇੰਜੇ ਬਾਰਿਸ਼ ਪੈ ਗਈ ਫਿਰ ਕਣਕ ਤੇ ਕਾਫੀ ਦਿਨ ਗਾਹ ਨਹੀਂ ਹੋਣੀ ਤੇ ਫਿਰ ਨਾ ਕਹਾਣੀ ਕਰਕੇ ਆਹ ਕਮਰਾ ਲਿਪ ਲਈ। ਬਿਜਲੀ ਚਮਕ ਰਹੀ ਆ, ਖਾਤਰ ਗੱਜ ਰਿਹਾ ਤੇ ਡਰ ਲੱਗਦਾ ਮੈਂ ਨਹੀਂ ਹੁੰਦਾ। ਅੱਛਾ ਜੀ, ਹੀਰਾ ਬੇਟੀ ਰੌਣਕ ਲਾਈ ਪਈ, ਕਦੀ ਉੱਧਰ ਜਾਂਦੀ ਕਦੀ ਇੱਧਰ ਆਉਂਦੀ, ਅੱਜ ਮੈਂ ਇੰਨਾ ਥੱਕ ਗਿਆ ਨਾ ਬਹੁਤ ਜ਼ਿਆਦਾ, ਵੰਡਾ ਪਾਉਣ ਜਾਣਾ ਦਿਲ ਕਰਦਾ, ਹੁਣ ਬਿਸਤਰ ਖਾ ਕੇ ਨਾ ਖਾਣਾ ਵੀ ਹੈ ਨਹੀਂ ਦੇਵਾ, ਹੁਣ ਹੌਸਲਾ ਹੀ ਨਹੀਂ ਮਿਲਦਾ। ਸੌ ਜਾ,
ਚਿਕਨ ਐਡ ਕਰ ਲਿਆ ਵਾ ਤੇ ਚਿਕਨ ਨੂੰ ਫਰਾਈ ਕਰ ਰਹੀ ਹਾਂ ਤੇ ਥੋੜ੍ਹਾ ਜਿਹਾ ਹਲਕਾ ਫਰਾਈ ਕਰਾਂਗੇ ਤੇ ਇੱਕ ਦਿਨ ਸਾਡੇ ਐਡ ਕਰਾਂਗੇ ਤੇ ਨਾਲ ਨਾਲ ਹੀ ਮੈਂ ਨਾ ਆਟਾ ਗੁੰਨ ਲਵਾਂ। ਤੁਸੀਂ ਮੈਨੂੰ ਨਹੀਂ ਲਿਆ ਦਿੰਦੇ ਫੁੱਫਾ ਜੀ ਕੋਲ ਕਸੂਰੀ ਮੇਥੀ ਥੋੜ੍ਹੀ ਜਿਹੀ ਮੈਂ ਉਹ ਹਾਂਡੀ 'ਚ ਪਾਣੀ ਉਹਦੀ ਖੁਸ਼ਬੂ। ਚਿਕਨ ਫਰਾਈ ਹੋ ਗਿਆ ਵਾ ਇਹਦੇ 'ਚ ਸਭ ਤੋਂ ਪਹਿਲੇ ਕਸੂਰੀ ਮੇਥੀ ਐਡ ਕਰਾਂਗੇ ਬਾਹਰ ਨੇਰੀ ਆ ਗਈ ਬਾਹਰ ਆ ਗਈ ਇਹਦੀ ਨੇਰੀ ਮੌਸਮ ਕਾਫੀ ਜ਼ਿਆਦਾ ਖਰਾਬ ਆ ਚਲੋ ਗੰਦਮ ਸਾਰੀ ਪੈ ਗਈ ਆ ਹਾਂਜੀ ਵੱਡੀ ਪਈ ਉਹਦੇ ਨਾਲ ਉਹ ਖਿਲਰ ਜਾਂਦੀ ਬਹੁਤ ਪਾਣੀ ਮਿਕਸ ਹੋ ਜਾਂਦਾ ਜੀ ਮਸਲਾ ਬਣ ਜਾਂਦਾ ਨਾ ਬਹੁਤ ਨਮਕ ਪਹਿਲੇ ਵੀ ਮੈਂ ਕੁਛ ਐਡ ਕੀਤਾ ਸੀ ਲੇਕਿਨ ਥੋੜ੍ਹਾ ਜਿਹਾ ਹੋਰ ਪਾ ਲਿਆ ਵਾ ਲੇਕਿਨ ਨਮਕ ਇੰਨਾ ਨਹੀਂ ਪਾਉਣਾ ਅਤੇ ਜਿਹੜਾ ਮੈਂ ਗੋਸ਼ਤ ਬਣਾਇਆ ਸੀ ਨਾ ਉਹਦੇ 'ਚ ਨਮਕ ਤੇਜ਼ ਹੋ ਗਿਆ ਸੀ ਭੁੱਖ ਲੱਗੀ ਹੋਈ ਕਾਫੀ ਤੇਜ਼ ਉਹ ਤਾਂ ਫਿਰ ਤੂੰ ਦੂਜੀ ਆ ਗਿਆ ਵਾ ਵਿਚਾਰਾ ਹਨੇਰੀ ਚ ਥੋੜਾ ਕੁਛ ਕਰਨਾ ਪੈਂਦਾ ਹਨੇਰੀ ਚ ਵਿਚਾਰਾ ਦੁੱਧ ਲੈਣਾ ਬੱਚਿਆਂ ਨੂੰ ਭੁੱਖ ਲੱਗੀ ਹੋਈ ਆ ਇਸ ਕਰਕੇ ਨਾ ਥੋੜ੍ਹੀਆਂ ਜਿਹੀਆਂ ਬੂਟੀਆਂ ਬੱਚਿਆਂ ਨੂੰ ਨਿਕਾਲ ਕੇ ਦਿੱਤੀਆਂ ਨਾ ਤਾਂ ਫਿਰ ਇਸ ਤਰ੍ਹਾਂ ਖਾ ਲਓ ਇਸ ਤਰ੍ਹਾਂ ਬਣਾਈ ਹੋਈ ਆ ਅਤੇ ਆਲੂ ਐਡ ਕਰ ਲੈਂਦੇ ਹਾਂ ਟੋਕਰੀ ਕਿੱਧਰ ਜਾ ਰਹੀ ਮਿਕਸ ਕਰਦੇ ਹਾਂ ਆਲੂ ਇਸ ਤਰ੍ਹਾਂ ਰੱਖਣਾ ਹੁਣ ਕਿਤੇ ਪਾਣੀ ਜ਼ਿਆਦਾ ਤਾਂ ਪੈ ਗਿਆ ਜਲਦੀ ਉਹਦੇ ਨਾਲ ਬਿਸਤਰ ਹੀ ਆਉਂਦੀ ਜਿਹੜਾ ਨਹੀਂ ਕਰੋ। ਅੱਛਾ ਜੀ ਰੋਟੀਆਂ ਪਕਾ ਲਈਆਂ ਅਤੇ ਹਿਬਾ ਪਹਿਲੀ ਰੋਟੀ ਲੈ ਗਈ ਸੀ ਅਤੇ ਆਪਣਾ ਸ਼ੋਰਬਾ ਲੈ ਗਈ ਸੀ ਆਪਣੀਆਂ ਬੁਰਕੀਆਂ ਭੇਜ ਕੇ ਖਾ ਲਈਆਂ ਅਤੇ ਕਹਿੰਦੀ ਮੰਮਾ ਜੀ ਸ਼ੋਰਬਾ ਬੜਾ ਮਜ਼ੇ ਦਾ ਬਣਿਆ ਵਾ ਉਹਨੇ ਸ਼ੋਰਬਾ ਪਹਿਲਾਂ ਵੀ ਪੀ ਲਿਆ ਸੀ ਅਤੇ ਹੁਣ ਮੈਂ ਜਵੇਦ ਵਾਸਤੇ ਬੁਰਕੀਆਂ ਭੇਜ ਲੱਗੀ ਹਾਂ ਅਤੇ ਹੀਰਾ ਬੇਟੀ ਮੇਰੀ ਕਰ ਰਹੀ ਹੈ ਹੈਲਪ ਮੈਨੂੰ ਲੱਗਦਾ ਬਲਬ ਇਹ ਵੀ ਖਰਾਬ ਹੋਣਾ ਨਾਲੇ ਮੈਨੂੰ ਤੰਗ ਕਰਨ ਦਈ ਹੈ ਮੇਰਾ ਨਾ ਤੰਗ ਕਰੋ ਬੇਟਾ ਮੇਰਾ ਬੇਟਾ ਨਹੀਂ ਕਰੋ ਅਜੇ ਦੂਧ ਵੀ ਗਰਮ ਕਰਨਾ ਰਹਿੰਦਾ ਮੇਰੇ ਹਾਂਜੀ ਅਜੇ ਦੂਧ ਵੀ ਗਰਮ ਕਰਨਾ ਹੀਰਾ ਇਹ ਤੂੰ ਸੌਂ ਜਾ ਤਾਂ ਨੀਂਦ ਨਹੀਂ ਆਉਂਦੀ ਨਹੀਂ ਨਹੀਂ ਕਹਿੰਦੀ ਨਾ ਕਿਉਂ ਨਾ 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 ਮੈਂ ਨਾ ਇੱਕ ਮਿੰਟ
ਬਸ ਆਇਆ ਫ੍ਰਿਜ ਤੱਕ ਜਾਣਾ ਬਸ। ਉਹ ਕਿੱਥੇ ਪਿਆ? ਮੇਰੀ ਕਾਫੀ ਜ਼ਿਆਦਾ ਵੀਰਾ ਦੇ ਕੱਪੜੇ ਗਵਾਚ ਗਏ, ਉੱਡ ਗਏ। ਹਾਂਜੀ ਬਹੁਤ ਨਿਕਰ ਉੱਡ ਗਈ। ਹਾਂ ਹਨੇਰੀ ਜੋ ਬਹੁਤ ਜ਼ਿਆਦਾ ਆਈ ਆ। ਸਹੀ ਆ। ਹਾਂਜੀ ਉੱਪਰ ਬੱਦਲ ਦੇਖੋ ਕਿੰਨਾ ਹੋਇਆ ਹੋਇਆ। ਹਾਂਜੀ ਪੱਤਲ ਕਾਫੀ ਜ਼ਿਆਦਾ ਆਪ ਹੀ ਉਹਨਾਂ ਦੇ ਉੱਥੇ ਬਰਫਬਾਰੀ ਵੀ ਹੋਈ। ਮੈਂ ਫਸਲਾਂ ਦਾ ਪੁੱਛਿਆ ਕਹਿੰਦੀ ਹੁਣ ਸੁਬਹ ਪਤਾ ਚੱਲੂਗਾ। ਹਾਂਜੀ ਉਹ ਤਾਂ ਸੁਬਹ ਪਤਾ ਚੱਲੇਗਾ। ਮੈਨੂੰ ਲੱਗਦਾ ਉੱਧਰ ਦੀ 8 ਵਜੇ ਕਟਾਈ ਵੀ ਨਹੀਂ ਸ਼ੁਰੂ ਹੋਈ। ਹੋ ਗਈ ਹੋ ਗਈ ਹੋ ਗਈ ਸ਼ੁਰੂ। ਅੱਛਾ ਹਾਂ ਸਹੀ ਹੈ। ਬਸ ਅੱਲਾਹ ਤਾਲਾ ਖੈਰ ਕਰੇ। ਕੱਲ ਹੀ ਵੱਡੀ ਸੀ ਥੋੜ੍ਹੀ ਜਿਹੀ ਉਹਨਾਂ ਨੇ। ਬੱਦਲ ਬਹੁਤ ਜ਼ਿਆਦਾ ਹਜੇ ਵੀ, ਲੇਕਿਨ ਚਮਕਦੀ ਬਿਜਲੀ ਕੋਈ ਨਹੀਂ ਹੈ, ਨਾਲੇ ਬੱਦਲ ਵੀ ਨਹੀਂ ਗੱਜ ਰਿਹਾ। ਚਾਰ ਪਾਈ ਬਾਹਰ ਨਾ ਲਾ ਥੋੜ੍ਹੀ ਦੇਰ, ਠੰਡ ਤਾਂ ਹੋਣਾ ਸੋਹਣਾ ਲੱਗਣ ਦਿਆ ਹੈ ਨਾ। ਹਾਂਜੀ ਹਾਂਜੀ ਮੌਸਮ ਬਹੁਤ ਦਿਲ ਕਰਦਾ ਬਾਹਰ ਸੋਹਣੇ। ਹਾਂਜੀ ਨਹੀਂ ਹਜੇ ਨਹੀਂ, ਚਾਰ ਵਜੇ ਆਇਆ ਕਰਾਂਗੇ ਜੀ। ਨਹੀਂ ਮੈਂ ਥੋੜ੍ਹੀ ਦੇਰ ਲਾਉਣਾ। ਚਲੋ ਜਿੰਨਾ ਤੁਹਾਡੀ ਮਰਜ਼ੀ, ਮੈਂ ਦੂਧ ਪਾ ਕੇ ਰੱਖ ਲਵਾਂ। ਚਲ ਦੂਧ ਪਾ ਕੇ ਰੱਖੋ ਤੁਸੀਂ, ਮੈਂ ਨਾ ਚਾਰ ਪਾਈ ਬਾਹਰ ਨਿਕਾਲ ਲਵਾਂ। ਬੱਚੇ ਅੰਦਰ ਮਸਤੀ ਕਰ ਰਹੇ ਆ। ਹੀਰਾ ਮੋਈ ਹਿਬਾ ਪਾਪਾ ਜੀ ਥੱਕੇ ਹੋਏ, ਮੋਈ ਜੜ ਹੀਰਾ ਉੱਠ ਰਹੇ, ਉਨਕੋ ਮੋਈ ਲਾ ਦੇ ਖੇਡ ਰਹੇ। ਇਹ ਮੰਦ ਬਾਹਰ ਆਏ। ਹਾਂਜੀ ਹੀਰਾ ਪਾਪਾ ਦਾ ਬੇਟ ਤੋਂ ਬਾਹਰ। ਪਾਪਾ ਦਾ ਤਾਂ ਕਰ ਜਾ ਚਲ ਨਾ ਬੇਟਾ ਨਾ ਉਹਨੂੰ ਉਹਨੂੰ ਤੰਗ ਨਾ ਕਰ। ਪਾਪਾ ਥੱਕੇ ਆਏ ਇੱਥੇ ਨਹੀਂ ਜਾਣਾ ਮੰਮਾ ਪਾਸ।